ਓਜੀ ਗਾਈਡ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਇੱਕ ਛੋਟੀ ਜਿਹੀ ਅਪਡੇਟ ਦੇਣੀ ਹੈ ਤੁਹਾਨੂੰ ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ੇ ਬਾਰੇ ਜਿਹੜਾ ਹੁਣ ਰੀਸੈਂਟਲੀ 1 ਅਕਤੂਬਰ ਨੂੰ ਅਪਲਾਈ ਹੋਇਆ ਤੇ ਅਪਡੇਟ ਹੈਗੀ ਹੈ ਵੀ ਜਦੋਂ ਆਪਾਂ ਵੀਜ਼ਾ ਅਪਲਾਈ ਕਰਦੇ ਆਂ ਤੇ ਆਪਾਂ ਨੂੰ ਫਾਈਨੈਂਸ਼ੀਅਲ ਦਿਖਾਉਣੇ ਹੁੰਦੇ ਨੇ ਨਾ ਮੀਨਸ ਕਿ ਆਪਣੇ ਫੰਡਸ ਦਿਖਾਉਣੇ ਹੁੰਦੇ ਨੇ ਤਾਂ ਉਹਦੇ ਵਿੱਚ ਚੇਂਜ ਕੀਤਾ ਉਹਨਾਂ ਨੇ ਕਿ ਉਹ ਵਧਾ ਦਿੱਤੇ ਨੇ ਤੇ ਉਹ ਕਿੰਨੇ ਵਧਾਏ ਨੇ ਆਪਾਂ ਚੈੱਕ ਕਰ ਲੈਣੇ ਹੈਗੇ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਪਹਿਲਾਂ ਫੰਡ ਦਿਖਾਉਂਦੇ ਸੀ ਆਪਣੇ ਤਾਂ ਉਹ 12000 40 ਡਾਲਰ ਹੁੰਦੇ ਸੀ ਤੇ ਜਿਹੜੇ ਹੁਣ ਉਹਨੇ ਵਧਾ ਕੇ 24505 ਕਰਤੇ ਜਿਹੜਾ ਸਟੂਡੈਂਟ ਮੇਨ ਐਪਲੀਕੈਂਟ ਆ ਉਹਦੇ ਬਟ ਜਦੋਂ ਆਪਾਂ ਨਾਲ ਡਿਪੈਂਡੈਂਟ ਵੀ ਅਪਲਾਈ ਕਰਦੇ ਮੀਨਸ ਕਿ ਤੁਹਾਡਾ ਸਪਾਊਸ ਵਾਈਫ ਹਸਬੰਡ ਜੋ ਵੀ ਆ ਤੇ ਉਹਦੇ ਪਹਿਲਾਂ ਦਿਖਾਉਣੇ ਹੁੰਦੇ ਸੀ 7362 ਜਿਹੜੇ ਕਿ ਵਧਾਤੇ ਹੁਣ ਉਹਤੇ ਵਧਾ ਕੇ ਕਰਤੇ 8574 ਡਾਲਰ ਤੇ ਤੁਸੀਂ ਕਨਵਰਟ ਕਰਕੇ ਦੇਖ ਸਕਦੇ ਹੋ ਵੀ ਕਿੰਨੇ ਬਣਦੇ ਨੇ ਤੇ ਜੇ ਚਾਈਲਡ ਐਡ ਕੀਤਾ ਤਾਂ ਉਹਦੇ ਵਿੱਚ ਦੇਖ ਸਕਦੇ ਹੋ 3152 ਤੋਂ ਲੈ ਕੇ 3670 ਕਰਦੇ ਬਸ ਇਹੀ ਛੋਟੀ ਜਿਹੀ ਅਪਡੇਟ ਦੇਣੀ ਸੀ ਤੁਹਾਨੂੰ ਤੇ ਹੋਰ ਜਾਣਕਾਰੀ ਲਈ ਆਪਣਾ ਚੈਨਲ ਸਬਸਕ੍ਰਾਈਬ ਕਰੋ ਤੇ ਵੀਡੀਓ ਲਾਈਕ ਕਰੋ ਤੇ ਅੱਗੇ ਸ਼ੇਅਰ ਜਰੂਰ ਕਰਦੇ ਹੋ ਤੇ ਮਿਲਦੇ ਆਪਾਂ ਅਗਲੀ ਵੀਡੀਓ 'ਚ